अकाली दल मरता कहना करता उदी मजबूरी सी उन्हें छड़ना ही सीगा। तुसी कह रहे भी हुण तुसी पिंडां जाओगे की मुंह लैके बीजेपी हुण पिंडां जाएगी किसानां नूं की लॉजिक दे? इह अज तक किसानां नूं सिर्फ यही दसी गई कि बजड़ी इह कुत्ता है और अज असी जदों हुण किसानां दे विच जावांगे कि इह जिहड़े तिन्नों बिल है इह पूरी तरह हितैषी ने और मोदी सरकार ही एक ऐसी सरकार है जिहड़ी किसानां दे हित दी गल है। मैं कहांगा कि तिन्नां बिलां दे उत्ते तुसीं पढ़ लो, मैनू कोई विद्वान होवे होर किसी नूं कोई वकील नूं पढ़ा के देख लो, मैनू कोई एक चीज़ किसी एक कलॉज किसी एक लाइन एक शब्द दे उत्ते किस नूं की इतराज है, किसानां दे किहड़ी चीज़ उहदे हित च नहीं है, ऐसी कोई सानूं भी समझा दिओ तां कि असीं भी दस दे। पर हकीकत विरोध नहीं, विरोध है सारे नूं पता है, सारियां पार्टियां नूं ठगां नूं भी पता है कि हकीकत च बछड़ी है, पर वो लोगों नूं गुमराह करके उन्हां दी अपनी जिहड़ी राजनीतिक करन दे लई इहदा विरोध कर रहे। ਸਾਪਲਾ ਸਾਹਿਬ ਪਾਰਟੀਆਂ ਤੇ ਜਿਹੜੇ ਆਗੂ ਨੇ ਉਹ ਲੋਕਾਂ ਦੀ ਇਹ ਚੀਜ਼ ਦਾ ਹੱਲ ਲੱਭਿਆ ਜਾਂ ਤੁਹਾਡੀ ਜਿਹੜੀ ਵਜ਼ਾਰਤਾਂ ਸਨ ਕੇਂਦਰੀ ਸਰਕਾਰ ਨਹੀਂ ਸੰਤੁਸ਼ਟ ਕਰ ਪਾਈ, ਨਾ ਅਕਾਲੀ ਦਲ ਨੂੰ ਸੰਤੁਸ਼ਟ ਕਰ ਪਾਈ, ਨਾ ਲੋਕਾਂ ਨੂੰ ਸੰਤੁਸ਼ਟ ਕਰ ਪਾਈ? ਰਾਜ ਸਭਾ ਦੇ ਵਿੱਚ ਧੱਕੇ ਨਾਲ ਇਸ ਬਿੱਲ ਨੂੰ ਕਿਹਾ ਗਿਆ ਵੀ ਪਾਸ ਕਰਾਏਗਾ, ਜਿਸ ਤਰੀਕੇ ਨਾਲ ਵੋਟਿੰਗ ਨਹੀਂ ਹੋ ਦਿੱਤੀ ਗਈ, ਉਸ ਹਾਲਾਤਾਂ ਦੇ ਵਿੱਚ ਕਾਰਨ ਬਣਦਾ ਹੈ ਵੀ ਇਸ ਉੱਤੇ ਮੁੜ ਵਿਚਾਰ ਕੀਤਾ ਜਾਏ ਤੇ ਅੱਜ ਤੱਕ ਉਹ ਵਾਲੇ ਜਿਹੜੇ ਆ ਉਹ MSP ਤੈਅ ਕਰਦੇ ਕਿਸੇ ਵੀ ਐਕਟ ਦੇ ਵਿੱਚ। ਪਹਿਲਾਂ ਵੀ ਜਿਹੜਾ APMC ਦਾ ਐਕਟ ਸੀਗਾ ਉਹਦੇ ਵਿੱਚ ਵੀ ਕਿਤੇ ਨਹੀਂ ਜ਼ਿਕਰ ਹੈਗਾ, ਪੰਜਾਬ ਦੇ ਕਿਤੇ ਵੀ ਉਹਨਾਂ ਨੇ ਐਕਟ ਜਿਹੜਾ 2017 'ਚ ਵੀ ਇਹੀ ਕੀਤਾ, ਜਿਹੜੀ ਛਾਤੀ ਠੋਕ ਕੇ ਕਾਂਗਰਸ ਵਾਲੇ ਉੱਥੇ ਕਹਿ ਕੇ ਆਏ ਸੀ ਕਿ ਤੁਸੀਂ ਤਾਂ ਅੱਜ ਲਾਗੂ ਕਰਨ ਲੱਗੇ, ਅਸੀਂ ਤਾਂ ਪਹਿਲਾਂ ਹੀ ਕੀਤਾ 2017-'ਚ ਕੀਤਾ ਆ, ਅੱਜ ਉਹਨਾਂ ਨੂੰ ਕੀ ਸੱਪ ਸੁੰਘ ਗਿਆ? ਅਤੇ ਦੂਸਰੀ ਗੱਲ, ਤੀਸਰਾ ਜਿਹੜਾ ਸੀ ਤੁਹਾਡਾ ਅਕਾਲੀ ਦਲ ਕਹਿੰਦਾ ਕਿ ਸਾਨੂੰ ਪੁੱਛਿਆ ਨਹੀਂ, ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਪੁੱਛੀਆਂ ਗਈਆਂ। ਉਹ ਕਹਿ ਰਿਹਾ ਕਿ ਸਾਨੂੰ ਚਿੱਠੀਆਂ ਲਿਖੀਆਂ, ਜੇ ਤਾਂ ਉਹ ਦਿਖਾਓ ਨਾ ਜਿਹੜਾ ਉਹਨਾਂ ਦੇ ਜਵਾਬ ਆਏ ਉਹਦੇ 'ਚ ਕੀ ਇਤਰਾਜ਼ ਸੀ, ਤੁਹਾਡੀ ਚਿੱਠੀ 'ਚ ਕੀ ਲਿਖਿਆ ਸੀ? ਹਰ ਚੀਜ਼ ਨਾਲ ਉਹਨਾਂ ਨਾਲ ਬਰੀਕੀ ਨਾਲ ਡਿਸਕਸ ਕੀਤਾ ਔਰ ਮੰਤਰੀ ਆ, ਮੰਤਰੀ ਤਾਂ ਹਰ ਛੋਟੀ ਤੋਂ ਛੋਟੀ ਮੀਟਿੰਗ ਦੇ ਵਿੱਚ ਵੀ ਵਿੱਚ ਉਹਦੇ ਸ਼ਾਮਿਲ ਹੁੰਦਾ, ਕੈਬਨਿਟ ਮਿਨਿਸਟਰ ਹੈ, ਕੋਈ ਸਟੇਟ ਮਿਨਿਸਟਰ ਨਹੀਂ ਸੀ, ਔਰ ਇਸ ਕਰਕੇ ਹਰ ਚੀਜ਼ਾਂ ਦੇ ਵਿੱਚ ਉਹ ਸ਼ਾਮਿਲ ਸੀ ਔਰ ਉਹਨੂੰ ਪੂਰੀ ਜਾਣਕਾਰੀ। ਔਰ 15 ਦਿਨ ਪਹਿਲਾਂ ਵੱਡੇ ਪ੍ਰਕਾਸ਼ ਸਿੰਘ ਬਾਦਲ ਜੀ, ਸਰਦਾਰ ਪ੍ਰਕਾਸ਼ ਸਿੰਘ ਸਾਡੇ ਸਾਰਿਆਂ ਦੇ ਸਿਰਮੌਰ ਨੇ, ਅਸੀਂ ਕਿਸਾਨਾਂ ਦਾ ਸਭ ਤੋਂ ਵੱਡਾ ਲੀਡਰ ਮੰਨਦੇ ਹਾਂ, ਉਹਨਾਂ ਨੇ ਆਪਣੀ ਸਟੇਟਮੈਂਟ ਕੀਤੀ ਹੈ ਕਿ 3 ਜਿਹੜੇ ਐਕਟ ਹੈ ਇਹ ਜਿਹੜੇ ਕਿਸਾਨਾਂ ਦੇ ਹਿੱਤ 'ਚ ਨੇ। ਅੱਜ ਉਹਨਾਂ ਨੂੰ ਕੀ ਹੋ ਗਿਆ? ਕਿਉਂ ਕਿ ਉਹ ਅੱਜ ਉਹਨਾਂ ਦੇ ਟਰੈਪ 'ਚ ਆ ਗਏ। ਮੈਂ ਤਾਂ ਇਹ ਕਹਾਂਗਾ ਕਿ ਅੱਜ ਉਹ ਗੁੰਮਰਾਹਕੁੰਨ ਪ੍ਰਚਾਰ ਦੇ ਟਰੈਪ 'ਚ ਆ ਕੇ ਆਪ ਵੀ ਫਸ ਗਏ। ਹਕੀਕਤ ਦੇ ਵਿੱਚ ਉਹਨਾਂ ਦਾ ਫਰਜ਼ ਬਣਦਾ ਸੀ ਕਿਸਾਨਾਂ ਨੂੰ ਸਹੀ ਜਾਣਕਾਰੀ ਦਿੰਦੇ ਔਰ ਆਪ ਕੀ ਕਰਤੱਵ ਨਿਭਾਇਆ ਉਹ ਦੱਸਦੇ। ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਰਿਤੇਸ਼ ਲੱਖੀ ਤੇ ਇਸ ਵਕਤ ਪੰਜਾਬ ਦੇ ਜਿਹੜੇ ਸਿਆਸੀ ਮਾਹੌਲ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਬਹੁਤ ਇੰਪੋਰਟੈਂਟ ਡਿਵੈਲਪਮੈਂਟ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਰਤੀ ਜਨਤਾ ਪਾਰਟੀ NDA ਦੇ ਨਾਲ ਆਪਣਾ ਸਾਥ ਛੱਡੇ ਜਾਣ ਦਾ ਫੈਸਲਾ ਤੇ ਉਸ ਤੋਂ ਬਾਅਦ ਲਗਾਤਾਰ ਬਿਆਨਾਂ ਦਾ ਜਿਹੜਾ ਦੌਰ ਬੁਛਾਰਾਂ ਹੋ ਰਹੀਆਂ ਹੈਗੀਆਂ ਦੋਵੇਂ ਧਿਰਾਂ ਵੱਲੋਂ, ਤੇ ਇਸ ਵਕਤ ਮੇਰੇ ਨਾਲ ਸ਼੍ਰੀ ਵਿਜੇ ਸਾਂਪਲਾ ਜੀ ਮੌਜੂਦ ਹੈਗੇ ਨੇ ਜੋ ਕਿ ਸਾਬਕਾ ਕੇਂਦਰੀ ਮੰਤਰੀ ਹੈਗੇ ਨੇ, ਪੰਜਾਬ BJP ਦੇ ਸਾਬਕਾ ਪ੍ਰਧਾਨ ਰਹੇ ਹੈਗੇ ਨੇ, ਤੇ ਅੱਜ ਹੀ ਭਾਰਤੀ ਜਨਤਾ ਪਾਰਟੀ ਨੇ ਇੱਕ ਕੋਰ ਕਮੇਟੀ ਮੀਟਿੰਗ ਲਈ ਹੈ, ਇੱਕ ਕੋਰ ਕਮੇਟੀ ਮੀਟਿੰਗ ਆਰਗੇਨਾਈਜ਼ ਕੀਤੀ ਇਸ ਪੂਰੀ ਲੇਟੈਸਟ ਡਿਵੈਲਪਮੈਂਟ ਜੋ ਵੀ ਘਟਨਾਕ੍ਰਮ ਹੋਇਆ ਹੈ, ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਵੀ ਪ੍ਰਤੀਕਰਮ ਆਏ ਹੈਗੇ ਨੇ। ਸਾਂਪਲਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਵਰਲਡ ਪੰਜਾਬੀ TV ਤੇ। ਬਹੁਤ ਬਹੁਤ ਧੰਨਵਾਦ ਵਰਲਡ ਪੰਜਾਬੀ ਦੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਂਪਲਾ ਸਾਹਿਬ, ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗੀ ਕੋਰ ਕਮੇਟੀ ਦੇ ਵਿੱਚ ਅੱਜ ਕਿਹੋ ਜਿਹਾ ਮਾਹੌਲ ਸੀ, BJP ਦੇ ਲੀਡਰਾਂ ਦੇ ਵਿੱਚ ਮੋਰਾਲ ਡਾਊਨ ਸੀ, ਉਹਨਾਂ ਦਾ ਭਾਈਵਾਲ ਹਾਕਿਆਂ ਦਾ ਭਾਈਵਾਲ ਛੱਡ ਗਿਆ, ਤੁਸੀਂ ਤਾਂ ਖੁਦ ਵੀ ਬਹੁਤ ਮੌਕੇ ਰਹੇ ਹੈਗੇ ਨੇ ਪ੍ਰਧਾਨ ਰਹੇ ਹੋ BJP ਦੇ, ਵਜ਼ਾਰਤਾਂ ਤੁਸੀਂ ਕੇਂਦਰ ਦੇ ਵਿੱਚ ਇੰਜੋਏ ਕੀਤੀਆਂ ਨੇ, ਤੇ ਉਹ ਸਾਰਾ ਦੌਰ ਸੀ ਜਦੋਂ ਅਕਾਲੀ ਦਲ ਦੇ ਨਾਲ ਮੋਢਾ ਲਾ ਕੇ ਲੜਾਈ ਕੀਤੀ, ਲੇਕਿਨ ਅੱਜ BJP ਕੋਰ ਕਮੇਟੀ ਬੈਠਕ ਵਿੱਚ ਕਿਹੋ ਜਿਹੇ ਸੈਂਟੀਮੈਂਟ ਸਨ, ਖਾਸ ਕਰਕੇ ਉਸ ਵਕਤ ਜਦੋਂ ਕਿ ਅਕਾਲੀ ਦਲ ਦੇ ਲਗਾਤਾਰ ਬਿਆਨ ਜਿਹੜੇ ਹੈਗੇ ਨੇ ਉਹ ਦਿਨ ਭਰ ਚੱਲਦੇ ਰਹੇ? ਦੇਖੋ, BJP ਨੂੰ ਕਿਸੇ ਤਰ੍ਹਾਂ ਦੀ ਵੀ ਕਿਸੇ ਪੱਖੋਂ ਵੀ ਨਿਰਾਸ਼ਾ ਨਹੀਂ ਨਜ਼ਰ ਆਈ, ਪੂਰੀ ਕੋਰ ਕਮੇਟੀ ਦੇ ਵਿੱਚ ਇਸ ਤਰ੍ਹਾਂ ਸੀ ਕਿ ਆਉਣ ਵਾਲੇ ਹਾਲਾਤਾਂ ਦੇ ਨਾਲ ਅਸੀਂ ਅੱਗੇ ਹੋਰ ਮਜ਼ਬੂਤੀ ਨਾਲ ਲੜ ਪਾਵਾਂਗੇ ਔਰ ਹੁਣ ਜਿਹੜਾ ਆ ਸਾਨੂੰ BJP ਦਾ ਵਿਸਤਾਰ ਕਰਨ ਦੇ ਲਈ ਇੱਕ ਖੁੱਲ੍ਹਾ ਹੋਰ ਮੌਕਾ ਮਿਲੇਗਾ। ਪਰ ਇਹ ਜਿਹੜਾ ਕਿਉਂਕਿ ਇਹ ਸਾਰਿਆਂ ਨੂੰ ਆ ਕਿ ਵੀ ਐਸੇ ਮੌਕੇ ਦੇ ਉੱਤੇ ਕਿਸੇ ਗਠਬੰਧਨ ਦੇ ਸਾਥੀ ਦੇ ਜਾਣਾ ਮੰਦਭਾਗਾ ਅਸੀਂ ਕਹਿ ਸਕਦੇ ਹਾਂ, ਪਰ ਉਸ ਮੰਦਭਾਗੀ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿਤੇ ਨਿਰਾਸ਼ਾ ਐਸਾ ਨਹੀਂ ਹੈ ਔਰ ਮੰਦਭਾਗਾ ਇਹ ਹੈ ਕਿ ਵੀ BJP ਨੇ ਆਪਣਾ ਗਠਬੰਧਨ ਪੂਰੀ ਤਰ੍ਹਾਂ ਨਿਭਾਇਆ
ਤਾਂ ਖੂਬੀ ਨਿਭਾਇਆ। ਔਰ ਲੱਕੀ ਜੀ ਤੁਸੀਂ ਆਪ ਇਹਦੇ ਗਵਾਹ ਹੋ ਕਿ ਬਹੁਤ ਸਾਰੇ ਐਸੇ ਮੌਕੇ ਆਏ ਜਿੱਥੇ ਇਹ ਲੱਗਾ ਸੀ ਕਿ ਸ਼ਾਇਦ ਹੁਣ ਗਠਬੰਧਨ ਨਹੀਂ ਰਹੇਗਾ ਔਰ ਅਸੀਂ ਬੀਜੇਪੀ ਨੇ ਆਪਣੇ ਹਿਤਾਂ ਦੇ ਕਰਕੇ ਜਿਹੜੇ ਆ ਉਹਨਾਂ ਨੂੰ ਤਿਆਗਿਆ, ਪਰ ਗਠਬੰਧਨ ਧਰਮ ਜਿਹੜਾ ਆ ਆਪਣਾ ਪੂਰੀ ਤਰ੍ਹਾਂ ਨਿਭਾਇਆ ਔਰ ਗਠਬੰਧਨ ਟੁੱਟਣ ਨਹੀਂ ਦਿੱਤਾ। ਔਰ ਤੁਸੀਂ ਦੇਖ ਰਹੇ ਹੋ ਕਿ ਹੁਣ ਮੈਂ ਸੁਣ ਰਿਹਾ ਸੀ ਸੁਖਬੀਰ ਸਿੰਘ ਬਾਦਲ ਜੀ ਨੂੰ ਵੀ, ਹਰਸਿਮਰਤ ਕੌਰ ਬਾਦਲ ਜੀ ਨੂੰ ਵੀ ਕਿ ਦੇਖੋ ਜੀ ਅਸੀਂ ਜਿਹੜਾ ਸਾਨੂੰ ਹੁਣ ਉੱਥੇ ਕੋਈ ਪੁੱਛਦਾ ਨਹੀਂ, ਔਰ ਤੁਸੀਂ ਇਹ ਕਿਹੋ ਜਿਹੇ ਹਾਲਾਤ ਬੀਜੇਪੀ ਦੇ ਰਹੇ ਆ ਔਰ ਇਹਦੇ ਤੁਸੀਂ ਗਵਾਹ ਵੀ ਹੋ ਕਿਉਂਕਿ ਤੁਸੀਂ ਕਈ ਜਗ੍ਹਾ 'ਤੇ ਸਾਨੂੰ ਇਸ ਚੀਜ਼ ਦਾ ਦੇਖਿਆ ਵੀ ਹੈ ਔਰ ਪੂਰੇ ਮੀਡੀਆ ਨੇ ਸਾਨੂੰ ਕਈ ਜਗ੍ਹਾ 'ਤੇ ਕਈ ਵਾਰ ਸਲਾਹ ਵੀ ਪੁੱਛਣਾ ਵੀ ਕਿ ਵੀ ਐਸੇ ਹਾਲਾਤ 'ਚ ਵੀ ਰਹਾਂਗੇ ਵੀ ਗਠਬੰਧਨ ਰਹੇਗਾ, ਪਰ ਅਸੀਂ ਆਪਣੇ ਕਈ ਜਗ੍ਹਾ 'ਤੇ ਸੈਕਰੀਫਾਈ ਵੀ ਕੀਤਾ ਪਰ ਗਠਬੰਧਨ ਧਰਮ ਟੁੱਟਣ ਨਹੀਂ ਦਿੱਤਾ। ਅਲਬਰਤਾ ਅਕਾਲੀ ਦਲ ਨੇ ਆਪਣਾ ਗਠਬੰਧਨ ਤੋੜਿਆ, ਉਹਦਾ ਜਿਹੜਾ ਉਹਦਾ ਸਾਨੂੰ ਕੋਈ ਖੁਸ਼ੀ ਨਹੀਂ, ਅਫਸੋਸ ਹੈ, ਪਰ ਇਹ ਵੀ ਨਾਲ ਹੈ ਕਿ ਜਦੋਂ ਕੋਈ ਇੱਕ ਜਿਹੜੀਆਂ ਐਸੀਆਂ ਘਟਨਾਵਾਂ ਆਉਂਦੀਆਂ ਕਈ ਵਾਰੀ ਨਵੀਆਂ ਉਮੀਦਾਂ ਨਵੀਆਂ ਆਸਾਂ ਵੀ ਵਿੱਚੋਂ ਨਿਕਲ ਕੇ ਆਉਂਦੀਆਂ, ਸੋ ਅਸੀਂ ਕਿਤੇ ਵੀ ਨਿਰਾਸ਼ ਨਹੀਂ, ਉਤਸ਼ਾਹਿਤ ਹੈ, ਕਿਉਂਕਿ ਦੇਖਿਆ ਜਾਵੇ ਤਾਂ ਬੀਜੇਪੀ ਪੰਜਾਬ ਦੇ ਕੋਲ ਗਾਉਣ ਨੂੰ ਕੀ ਹੈ, ਜੋ ਲੱਭਣਾ ਸਾਨੂੰ ਉਹਦਾ ਲਾਹਾ ਹੋਣਾ, ਐਸਾ ਨਹੀਂ ਕਿ ਵੀ ਸਾਨੂੰ ਕਿਸੇ ਪਾਸਿਓਂ ਨਿਰਾਸ਼ਾ ਹੋਵੇਗੀ। ਸੋ ਇਹਦੇ ਲਈ ਕਿਤੇ ਵੀ ਸਾਡੇ ਚਿਹਰਿਆਂ 'ਤੇ ਨਿਰਾਸ਼ਾ ਆਵੇਗੀ ਐਸਾ ਸਵਾਲ ਹੀ ਨਹੀਂ ਪੈਦਾ। ਸਾਂਪਲਾ ਜੀ ਤੁਸੀਂ ਬੜੀ ਇੰਪੋਰਟੈਂਟ ਗੱਲ ਕਹਿ ਗਏ ਹੋ ਵੀ ਬੀਜੇਪੀ ਪੰਜਾਬ ਕੋਲ ਆਖਿਰ ਖੋਣ ਨੂੰ ਹੈ ਕੀ, ਇਹਦਾ ਮਤਲਬ ਮੈਂ ਕੀ ਲਵਾਂ ਤੇ ਬਹੁਤ ਸਿਆਸੀ ਮਾਇਨੇ ਹੈਗੇ ਨੇ ਕਿਉਂਕਿ ਹੁਣ ਤੋਂ ਕੁਛ ਮਹੀਨੇ ਪਹਿਲਾਂ ਜਾਂ ਲਗਭਗ ਸਿਆਸੀ ਮਾਇਨੇ ਚਰਚਾਵਾਂ ਨੇ ਵੀ ਬੀਜੇਪੀ ਦਾ ਆਪਣੀ ਇੱਕ ਅਲੱਗ ਜਮਾਤ ਦੇ ਤੌਰ ਤੇ ਅਕਾਲੀ ਦਲ ਉਹਨਾਂ ਦੀ ਲਾਇਬਿਲਟੀ ਬਣਦੀ ਜਾ ਰਹੀ ਸੀ, ਬੇਦਬੀ ਦੇ ਮਾਮਲਿਆਂ ਦੀ ਜੋ ਗੱਲਬਾਤ ਸੀ ਜਾਂ ਜੋ ਵੀ ਪ੍ਰਿਸ਼ਠਭੂਮੀ ਰਹੀ ਹੈ ਤੇ ਬੀਤੇ ਕੁਛ ਮਹੀਨਿਆਂ ਦੇ ਵਿੱਚ ਐਸੀਆਂ ਘਟਨਾਵਾਂ ਰਹੀਆਂ ਜਿਹਦੇ ਚੱਲਦੇ ਅਕਾਲੀ ਦਲ ਕਾਫੀ ਬੈਕ ਫੁੱਟ ਤੇ ਸੀ, ਬੀਜੇਪੀ ਦਾ ਆਪਣਾ ਆਧਾਰ ਤਲਾਸ਼ ਰਹੀ ਸੀ, ਲੇਕਿਨ ਤੁਸੀਂ ਹੁਣ ਕਹਿ ਰਹੇ ਹੋ ਬੀਜੇਪੀ ਕੋਲ ਖੋਣ ਲਈ ਕੁਛ ਨਹੀਂ ਹੈ, ਪਾਉਣ ਲਈ ਬਹੁਤ ਕੁਛ ਹੈ, ਤਲਾਸ਼ਣ ਲਈ ਬਹੁਤ ਕੁਛ ਹੈ, ਇਹਦਾ ਮਤਲਬ ਕੀ ਲਿਆ ਜਾਵੇ? ਤਿਆਰੀ ਪਹਿਲਾਂ ਚੱਲ ਰਹੀ ਸੀ ਲੇਕਿਨ ਇੱਕ ਔਖੀ ਘੜੀ ਤੇ ਅਕਾਲੀ ਦਲ ਨੇ ਤੁਹਾਨੂੰ ਲੱਤ ਮਾਰੀ ਹੈ, ਨਾ ਕਿ ਤੁਸੀਂ ਅਕਾਲੀ ਦਲ ਨੂੰ ਲੱਤ ਮਾਰੀ? ਤੁਹਾਡਾ ਸਵਾਲ ਜਦੋਂ ਤੁਸੀਂ ਕੀਤਾ ਸੀ ਮੈਂ ਉਦੋਂ ਸਮਝ ਗਿਆ ਸੀ, ਪਰ ਉਹ ਮੈਂ ਤੁਹਾਨੂੰ ਸਿੱਧਾ ਸਿੱਧਾ ਜਵਾਬ ਦੇ ਰਿਹਾ, ਕਈ ਜਗ੍ਹਾ ਦੇ ਉੱਤੇ ਸਾਡਾ ਵਿਸਤਾਰ ਕਰਨ ਨੂੰ ਮੌਕੇ ਆਏ, ਪਰ ਉਹ ਵਿਸਤਾਰ ਕਿਉਂ ਨਹੀਂ ਸੀ ਕਰ ਸਕਦੇ? ਕਿਉਂਕਿ ਸਾਡੇ ਭਾਈਵਾਲ ਦਾ ਵੀ ਸਾਨੂੰ ਖਿਆਲ ਰੱਖਣਾ ਪੈਂਦਾ ਸੀ ਔਰ ਉਸ ਕਰਕੇ ਅਸੀਂ ਬੀਜੇਪੀ ਦਾ ਆਪਣਾ ਵਿਸਤਾਰ ਹੀ ਨਹੀਂ ਕਰ ਪਾਏ। ਅੱਜ ਸਾਡੇ ਕੋਲ ਪਿੰਡਾਂ ਦੇ ਵਿੱਚ ਜਾਣ ਲਈ ਬੜਾ ਖੁੱਲ੍ਹਾ ਮੈਦਾਨ, ਸਾਨੂੰ ਹਰ ਇੱਕ ਵਰਗ ਦੇ ਵਿੱਚ ਜਾਣ ਦੇ ਲਈ। ਅੱਜ ਜੇ ਅਸੀਂ ਤੁਸੀਂ ਇੱਕ ਸਵਾਲ ਕਰੋਗੇ ਜੀ ਪੰਜਾਬ ਦੇ ਵਿੱਚ ਬੀਜੇਪੀ 'ਚ ਕਿਸਾਨਾਂ ਦੇ ਕਿਉਂ ਨਹੀਂ ਕਹਿੰਦੀ, ਕਿਉਂ? ਕਿਉਂਕਿ ਸਾਡੀ ਭਾਈਵਾਲ ਦੇ ਵਿੱਚ ਅਸੀਂ ਇੱਕ ਤਰੀਕੇ ਨਾਲ ਕੰਮ ਡਿਸਟ੍ਰੀਬਿਊਸ਼ਨ ਸੀ ਕਿ ਪਿੰਡਾਂ ਦਾ ਕੰਮ ਤੁਸੀਂ ਦੇਖਣਾ, ਪਿੰਡਾਂ ਦਾ ਮਤਲਬ ਕਿਸਾਨਾਂ ਦਾ ਕੰਮ ਤੁਸੀਂ ਦੇਖਣਾ, ਔਰ ਸਾਨੂੰ ਐਨ ਮੌਕੇ ਦੇ ਉੱਤੇ ਜਦੋਂ ਸਾਨੂੰ ਆਸ ਸੀ ਕਿ ਸਾਡਾ ਉਹ ਖੜੇ ਹੋਣਗੇ, ਉਹ ਸਾਡਾ ਸਾਥ ਛੱਡ ਕੇ ਗਏ ਨੇ। ਸੋ ਅੱਜ ਸਾਨੂੰ ਕੱਲ੍ਹ ਨੂੰ ਜਦੋਂ ਇਹ ਸਾਡੇ ਲਈ ਅੱਗੇ ਆਏਗਾ, ਸਾਨੂੰ ਕਿਸਾਨ ਜੁੜਨਗੇ, ਅਸੀਂ ਉਹਨਾਂ ਦੀਆਂ ਭਲਾਈ ਦੀਆਂ ਸਕੀਮਾਂ ਉਹਨਾਂ ਤੱਕ ਅਸੀਂ ਲੈ ਕੇ ਜਾਵਾਂਗੇ ਅਤੇ ਨਿਸੰਦੇਹ ਬੀਜੇਪੀ ਦਾ ਵਿਸਤਾਰ ਹੋਏਗਾ। ਔਰ ਜਿਹੜਾ ਸੀਗਾ, ਕਿਉਂਕਿ ਕਿਸਾਨ ਪਹਿਲਾਂ ਦੇਖਿਆ ਜਾਵੇ ਤਾਂ ਮੁੱਖ ਰੂਪ ਦੇ ਵਿੱਚ ਸਾਡੇ ਭਾਈ ਆਪ ਤੁਸੀਂ ਵੀ ਦੇਖਦੇ ਸੀ ਕਿ ਜਦੋਂ ਅਸੀਂ ਕਿਤੇ ਕਿਤੇ ਪਿੰਡਾਂ ਵੱਲ ਨੂੰ ਜਾਂਦੇ ਸੀ ਜਾਂ ਕਿਸਾਨਾਂ ਵਿੱਚ ਜਾਂਦੇ ਸੀ ਤਾਂ ਸਾਡਾ ਕਿਤੇ ਨਾ ਕਿਤੇ ਭਾਈਵਾਲ ਇਤਰਾਜ਼ ਕਰਦਾ ਸੀ, ਔਰ ਅੱਜ ਉਹ ਇਤਰਾਜ਼ ਖਤਮ ਹੋ ਜਾਏਗਾ ਔਰ ਸਾਨੂੰ ਅੱਗੇ ਵਧਣ ਦੇ ਜਿਹੜੇ ਮੌਕੇ ਮਿਲਣਗੇ, ਇਹ ਨਵੀਆਂ ਜਿਹੜੀਆਂ ਉਮੀਦਾਂ ਜਿਹੜੀਆਂ ਸਾਨੂੰ ਆਉਣਗੀਆਂ। ਸਾਂਪਲਾ ਜੀ, ਲੇਕਿਨ ਤੁਸੀਂ ਕਿਹਾ ਵੀ ਪਿੰਡਾਂ 'ਚ ਜਾਣ ਦਾ ਮੌਕਾ ਮਿਲੇਗਾ, ਪਿੰਡਾਂ 'ਚ ਬੀਜੇਪੀ ਕੀ ਦਾਅਵੇ ਲੈ ਕੇ ਜਾਏਗੀ, ਕੀ ਮੂੰਹ ਲੈ ਕੇ ਜਾਏਗੀ? ਅੱਜ ਜਿਹੜਾ ਰੌਲਾ ਪਿਆ ਹੈ ਅਕਾਲੀ ਦਲ ਦੀ ਲਾਇਬਿਲਿਟੀ ਬੀਜੇਪੀ ਤਾਂ ਹੀ ਤਾਂ ਬਣ ਗਿਆ, ਉਹਨਾਂ ਨੂੰ ਸਾਥ ਤੁਹਾਡਾ ਛੱਡਣਾ ਪੈ ਗਿਆ, ਕਿਉਂਕਿ ਜੇ ਤੁਹਾਡੇ ਨਾਲ ਕੁਝ ਦਿਨ ਵੀ ਹੋਰ ਸਾਥ ਨਿਭਾ ਜਾਂਦਾ ਅਕਾਲੀ ਦਲ, ਉਹਨਾਂ ਦਾ ਜਿਹੜਾ ਸਿਆਸੀ ਜਿਹੜਾ ਪੂਰਾ ਸਿਸਟਮ ਸੀ ਉਹ ਤਾਨਾ ਮਾਨਾ ਟੁੱਟ ਚੁੱਕਾ ਸੀ, ਵਿਗੜ ਜਾਣਾ ਸੀਗਾ। ਕਿਸਾਨੀ ਦੇ ਉੱਤੇ ਜਿਸ ਤਰੀਕੇ ਦਾ ਆਕਰੋਸ਼ ਲੋਕਾਂ ਦੇ ਵਿੱਚ, ਕਿਸਾਨ ਭਰਾਵਾਂ ਦੇ ਵਿੱਚ, ਪੰਜਾਬ ਦੇ ਵਿੱਚ ਆਮ ਲੋਕਾਂ ਦੇ ਵਿੱਚ ਵੇਖਣ ਨੂੰ ਮਿਲਿਆ, ਅਕਾਲੀ ਦਲ ਤਾਂ ਕੀ ਬੀਜੇਪੀ ਪੂਰੀ ਤਰ੍ਹਾਂ ਫੇਲ ਹੋਈ ਹੈ? ਜੇ ਉਹਨਾਂ ਦੇ ਇਹਦੇ ਜਿਹੜੇ ਤਿੰਨ ਜਿਹੜੇ ਕਾਨੂੰਨ ਕੇਂਦਰੀ ਲਿਆਂਦੇ ਗਏ ਨੇ ਜਿਹਨਾਂ 'ਚ ਕੋਈ ਵੀ ਮੈਰਿਟ ਲੋਕਾਂ ਤੱਕ ਪਹੁੰਚਾਉਣੀ ਸੀ, ਉਹਦੇ ਵਿੱਚ ਪਾਰਟੀਆਂ ਤਾਂ ਫੇਲ ਹੋਈਆਂ ਨੇ, ਤੇ ਉਸ ਹਾਲਾਤ ਦੇ ਵਿੱਚ ਅਕਾਲੀ ਦਲ ਮਰਤਾ ਕਹਿਣਾ ਕਰਤਾ ਉਹਦੀ ਮਜਬੂਰੀ ਸੀ, ਉਹਨਾਂ ਤੁਹਾਨੂੰ ਛੱਡਣਾ ਹੀ ਸੀਗਾ। ਤੁਸੀਂ ਕਹਿ ਰਹੇ ਵੀ ਹੁਣ ਤੁਸੀਂ ਪਿੰਡਾਂ 'ਚ ਆਓਗੇ, ਕੀ ਮੂੰਹ ਲੈ ਕੇ ਬੀਜੇਪੀ ਹੁਣ ਪਿੰਡਾਂ 'ਚ ਆਏਗੀ, ਕਿਸਾਨਾਂ ਨੂੰ ਕੀ ਲੌਜਿਕ ਦੇਵੇਗੀ? ਦੇਖੋ ਲੱਖੀ ਜੀ, ਇੱਕ ਮੈਂ ਤੁਹਾਨੂੰ ਜਿਹੜੀ ਅਸੀਂ ਪ੍ਰਾਇਮਰੀ 'ਚ ਕਹਾਣੀ ਇੱਕ ਪੜ੍ਹਦੇ ਹੁੰਦੇ ਸੀ, ਸਾਰਿਆਂ ਨੇ ਪੜ੍ਹੀ ਹੈ, ਕਿ ਕਿਸਾਨ ਜਿਹੜਾ ਇੱਕ ਵੱਛੀ ਲੈ ਕੇ ਜਾ ਰਿਹਾ ਸੀ ਤੇ ਮੂਹਰੇ ਉਹਨੂੰ ਚਾਰ ਠੱਗ ਮਿਲ ਗਿਆ ਸੀ। ਉਹ ਬਾਰੋ ਬਾਰ ਉਹਨੂੰ ਇਹੀ ਕਹੀ ਜਾਂਦੇ ਕਿ ਵੱਛੀ ਨਹੀਂ ਗਾਂ ਨਹੀਂ ਹੈ, ਇਹ ਤਾਂ ਕੁੱਤਾ ਲਈ ਜਾਂਦਾ ਹੈ। ਔਰ ਅਖੀਰ ਤੇ ਕਿਸਾਨ ਨੂੰ ਵੀ ਇਹ ਯਕੀਨ ਹੋ ਗਿਆ ਕਿ ਇਹ ਵੱਛੜੀ ਨਹੀਂ ਹੈਗੀ, ਇਹ ਤਾਂ ਮੈਂ ਕੁੱਤਾ ਲਈ ਜਾਂਦਾ ਹਾਂ। ਔਰ ਅਖੀਰ ਤੇ ਆਉਣੇ ਪੌਣੇ ਭਾਅ ਦੇ ਵਿੱਚ ਉਹਨਾਂ ਨੂੰ ਦੇ ਕੇ ਆਪਣੇ ਮਨ ਨੂੰ ਸੰਤੁਸ਼ਟ ਕੀਤਾ ਕਿ ਸ਼ਾਇਦ ਮੈਂ ਇਹਨੂੰ ਠੀਕ ਕਰ ਲਿਆ, ਪਰ ਹਕੀਕਤ 'ਚ ਉਸ ਵੱਛੜੀ ਦਾ ਵਜੂਦ ਜਿਹੜਾ ਉਹ ਆਪਣੀ ਜਗ੍ਹਾ ਖੜਾ ਸੀ। ਅੱਜ ਜਿਹੜੀਆਂ ਵੀ ਰਾਜਨੀਤਿਕ ਪਾਰਟੀਆਂ ਆ, ਚਾਹੇ ਉਹ ਕਾਂਗਰਸ ਹੈ,
चाहे वह कम्युनिस्ट है, चाहे आम आदमी पार्टी है, और चाहे अज साडी भाईवाल जिहड़ी पहिलां तक कल तक सी वह रली है। ये अज तक किसानां नूं सिर्फ यही दसी गई कि बजड़ी ने कुत्ता है, और अज असी जदों हुण किसानां दे विच जावांगे कि ये जिहड़े तीनों बिल है ये पूरी तरह हितैषी ने, और मोदी सरकार ही एक ऐसी सरकार है जिहड़ी किसानां दे हित की गल है। जे असी 6,000 रुपये साल हर साल उन्हां दे खातिआं 'च पाउण की गल की तो वह जा रहा है, चाहे वह 1.5 गुणा मुल की गल की तो किसानों के लिए जित की। पहला MSP कौन तय करता सी, अलग सी, हुण की है कि एक तरीके ना वो जिन्ना खर्चा होएगा और उस खर्चे का 1.5 गुणा जिहड़ा MSP तय किया जाएगा। किने किया? जिहड़ी है जिहड़ी BJP की सरकार ने किया। होर भी बहुत सारे मुद्दे ने जिन्हां दे उत्ते किसानों के हित की गल करदा, और जिहड़े अज भी मैं कहांगा कि तिना बिलों के उत्ते तुसी पढ़ लो, मैनू कोई विद्वान होवे होर किसी नूं कोई वकील नूं पढ़ा के देख लो, मैनू कोई एक चीज़ किसी एक कलॉज किसी एक लाइन एक शब्द के उत्ते किस नूं की इतराज है, किसानां दे किहड़ी चीज़ उहदे हित च नहीं है, ऐसी कोई सानू भी समझा दिओ तां कि असीं भी दस दईए। पर हकीकत विरोध नहीं, विरोध है हकीकत च किसान सारे नूं पता है, सारियां पार्टियां नूं ठगां नूं भी पता है कि हकीकत च बछड़ी है, पर वो लोगों को गुमराह करके उन्होंने अपनी जी राजनीतिक करण के लिए विरोध कर रहे हैं। ਆਪਾਂ ਇੰਨੀ ਠੋਕ ਵਜਾ ਕੇ ਅਕਾਲੀ ਦਲ ਵੀ ਤੁਹਾਡੇ ਮੋਢੇ ਨਾਲ ਮੋਢਾ ਤੁਹਾਡੇ ਸੁਰ ਚ ਸੁਰ ਮਿਲਾ ਰਹੀ ਸੀ, ਅੱਜ ਤੁਸੀਂ ਵੀ ਕਹਿ ਰਹੇ ਹੋ, ਲੇਕਿਨ ਮੰਨਣਾ ਪੈਣਾ ਹੈ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਤੁਹਾਨੂੰ ਲੋਕਾਂ ਨੂੰ ਜਵਾਬ ਦੇਣੇ ਪੈਣੇ ਹੈ। BJP ਦੇ ਜਿਹੜੇ ਪੰਜਾਬ ਦੇ ਲੀਡਰ ਹੈ ਘੱਟੋ ਘੱਟ ਉਹਨਾਂ ਦੀ ਜਿਹੜੀ ਜਵਾਬਦੇਹੀ ਹੈ ਉਹ ਤਾਂ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਇੱਥੋਂ ਦੀ ਜਿਹੜੀ ਕਿੱਤਾ ਹੈ ਉਸਦੇ ਪ੍ਰਤੀ ਹੈਗੀ ਹੈ। ਦੇਖੋ ਨੰਬਰ ਇੱਕ ਤੇ ਤਾਂ ਪਹਿਲਾਂ ਕਿਸਾਨਾਂ ਦੇ ਪ੍ਰਤੀ ਅਸੀਂ ਜਵਾਬਦੇਹ ਸੀ ਹੈ ਤੇ ਰਹਾਂਗੇ, ਔਰ ਉਹਨਾਂ ਦੀ ਸੰਤੁਸ਼ਟੀ ਵੀ ਕਰਾਵਾਂਗੇ। ਪਰ ਉਹ ਜਦੋਂ ਅਸੀਂ ਸਾਰਿਆਂ ਨੂੰ ਹੁਣ ਸਾਰਿਆਂ ਨੂੰ ਕਿਹਾ ਕਿਸਾਨ ਯੂਨੀਅਨ ਨੂੰ कि देखो जी किसी भी अगर कोई हिंदा है सानू दसो, अगर ये असं नहीं तो एक्सप्लेन सानू तुसी कन्विंस कर दियो, अगर वो कोई गलती तो असं लैके जाने। दूसरी तुसी बच्चे MSP का क्या कि MSP का क्यों नहीं जिक्र किया है, ये जिहड़ा एक्ट दे विच सुधार किया गया, नवा एक्ट तो कुछ नहीं बनाया, वो सुधार किया गया। जिस एक्ट दे विच सुधार किया गया MSP वो कभी हिस्सा ही नहीं होंगे। MSP दे लई एक अलग चीज़ है, वह तय करता है CA CP ਭਾਵ ਕਮਿਸ਼ਨ ਫਾਰ ਐਗਰੀਕਲਚਰ ਕੋਸਟ ਐਂਡ ਪ੍ਰਾਈਸ ਜਿਹੜੇ ਆ ਉਹ ਵਾਲੇ ਜਿਹੜੇ ਆ ਉਹ MSP ਤੈਅ ਕਰਦੇ। ਕਿਸੇ ਵੀ ਐਕਟ ਦੇ ਵਿੱਚ ਪਹਿਲਾਂ ਵੀ ਜਿਹੜਾ APMC ਦਾ ਐਕਟ ਸੀਗਾ ਉਹਦੇ ਵਿੱਚ ਵੀ ਕਿਤੇ ਨਹੀਂ ਜ਼ਿਕਰ ਹੈਗਾ, ਪੰਜਾਬ ਦੇ ਕਿਤੇ ਵੀ ਉਹਨਾਂ ਨੇ ਐਕਟ ਜਿਹੜਾ 2017 'ਚ ਵੀ ਇਹੀ ਕੀਤਾ, ਜਿਹੜੀ ਛਾਤੀ ਠੋਕ ਕੇ ਕਾਂਗਰਸ ਵਾਲੇ ਉੱਥੇ ਕਹਿ ਕੇ ਆਏ ਸੀ ਕਿ ਤੁਸੀਂ ਤਾਂ ਅੱਜ ਲਾਗੂ ਕਰਨ ਲੱਗੇ, ਅਸੀਂ ਤਾਂ ਪਹਿਲਾਂ ਹੀ ਕੀਤਾ 2017 'ਚ ਕੀਤਾ ਆ, ਅੱਜ ਉਹਨਾਂ ਨੂੰ ਕੀ ਸੱਪ ਸੁੰਘ ਗਿਆ। ਜੇ ਦੂਸਰੀ ਗੱਲ, ਤੀਸਰਾ ਜਿਹੜਾ ਸੀ ਤੁਹਾਡਾ ਅਕਾਲੀ ਦਲ ਕਹਿੰਦਾ ਕਿ ਸਾਨੂੰ ਪੁੱਛਿਆ ਨਹੀਂ ਗਿਆ, ਸਾਰੀਆਂ ਚੀਜ਼ਾਂ ਉਹਨਾਂ ਨੂੰ ਪੁੱਛੀਆਂ ਗਈਆਂ, ਉਹ ਕਹਿ ਰਿਹਾ ਕਿ ਸਾਨੂੰ ਚਿੱਠੀਆਂ ਲਿਖੀਆਂ, ਜੇਗਾ ਉਹ ਦਿਖਾਓ ਨਾ ਜਿਹੜਾ ਉਹਨਾਂ ਦੇ ਜਵਾਬ ਆਏ ਉਹਦੇ 'ਚ ਕੀ ਇਤਰਾਜ਼ ਸੀ, ਤੂੰ ਤੁਹਾਡੀ ਚਿੱਠੀ 'ਚ ਕੀ ਲਿਖਿਆ ਸੀ। ਹਰ ਚੀਜ਼ ਨਾ ਉਹਨਾਂ ਨਾਲ ਬਾਰੀਕੀ ਨਾਲ ਡਿਸਕਸ ਕੀਤਾ, ਔਰ ਮੰਤਰੀ ਆ, ਮੰਤਰੀ ਤਾਂ ਹਰ ਛੋਟੀ ਤੋਂ ਛੋਟੀ ਮੀਟਿੰਗ ਦੇ ਵਿੱਚ ਵੀ ਵਿੱਚ ਉਹਦੇ ਸ਼ਾਮਿਲ ਹੁੰਦਾ, ਕੈਬਨਿਟ ਮਿਨਿਸਟਰ ਹੈ, ਕੋਈ ਸਟੇਟ ਮਿਨਿਸਟਰ ਨਹੀਂ ਸੀ, ਔਰ ਇਸ ਕਰਕੇ ਹਰ ਚੀਜ਼ਾਂ ਦੇ ਵਿੱਚ ਉਹ ਸ਼ਾਮਿਲ ਸੀ ਔਰ ਉਹਨੂੰ ਪੂਰੀ ਜਾਣਕਾਰੀ। ਔਰ 15 ਦਿਨ ਪਹਿਲਾਂ ਵੱਡੇ ਪ੍ਰਕਾਸ਼ ਸਿੰਘ ਬਾਦਲ ਜੀ, ਸਰਦਾਰ ਪ੍ਰਕਾਸ਼ ਸਿੰਘ ਸਾਡੇ ਸਾਰਿਆਂ ਦੇ ਸਿਰਮੌਰ ਨੇ, ਅਸੀਂ ਕਿਸਾਨਾਂ ਦਾ ਸਭ ਤੋਂ ਵੱਡਾ ਲੀਡਰ ਮੰਨਦੇ ਹਾਂ, ਉਹਨਾਂ ਨੇ ਆਪਣੀ ਸਟੇਟਮੈਂਟ ਕੀਤੀ ਹੈ ਕਿ 3 ਜਿਹੜੇ ਐਕਟ ਹੈ ਇਹ ਜਿਹੜੇ ਕਿਸਾਨਾਂ ਦੇ ਹਿੱਤ 'ਚ ਨੇ। ਅੱਜ ਉਹਨਾਂ ਨੂੰ ਕੀ ਹੋ ਗਿਆ, ਕਿਉਂ ਕਿ ਉਹ ਅੱਜ ਉਹਨਾਂ ਦੇ ਟਰੈਪ 'ਚ ਆ ਗਿਆ। ਮੈਂ ਤਾਂ ਇਹ ਕਹਾਂਗਾ ਕਿ ਅੱਜ ਉਹ ਗੁੰਮਰਾਹਕੁਨ ਪ੍ਰਚਾਰ ਦੇ ਟਰੈਪ 'ਚ ਆ ਕੇ ਆਪ ਵੀ ਫਸ ਗਏ। ਹਕੀਕਤ ਦੇ ਵਿੱਚ ਉਹਨਾਂ ਦਾ ਫਰਜ਼ ਬਣਦਾ ਸੀ ਕਿਸਾਨਾਂ ਨੂੰ ਸਹੀ ਜਾਣਕਾਰੀ ਦਿੰਦੇ ਔਰ ਆਪ ਕੀ ਕਰਤੱਵ ਨਿਭਾਇਆ ਉਹ ਦੱਸਦੇ। ਉਹਨਾਂ ਨੇ ਉੱਥੇ ਵੀ ਕਰਤੱਵ ਨਹੀਂ ਨਿਭਾਇਆ ਔਰ ਇੱਥੇ ਵੀ ਜਿਹੜਾ ਉਹਨਾਂ ਦਾ ਕਰਤੱਵ ਬਣਦਾ ਸੀ ਉਹ ਨਹੀਂ ਨਿਭਾਇਆ, ਜਿਹਦੇ ਕਰਕੇ ਸਮੱਸਿਆ ਪੈਦਾ ਹੋਈ ਔਰ ਟਰੈਪ 'ਚ ਆਏ ਆ। ਔਰ ਮੈਂ ਕਹਿੰਦਾ ਕਿ ਟਰੈਪ 'ਚ ਉਹ ਇੰਨੇ ਕੁ ਆ ਗਏ, ਉਹ ਆਪਣੇ ਆਪ ਜਿਹੜੀ ਉਹਨਾਂ ਨੂੰ ਵੀ ਸ਼ਾਇਦ ਕਿਤੇ ਲੱਗਾ ਹੋਊਗਾ ਕਿ ਸਾਡੀ ਆਪਣੀ ਗਰਾਊਂਡ ਤਾਂ ਹੁਣ ਰਹੀ ਨਹੀਂ, ਕਿ ਸ਼ਾਇਦ ਇਸੇ ਇੱਕ ਆਸਰੇ ਦੇ ਨਾਲ ਅੱਗੇ ਅਸੀਂ ਵੱਧ ਸਕੀਏ। ਇਹ ਉਹਨਾਂ ਨੇ ਇੱਕ ਆਸ ਦੀ ਜਿਹੜੀ ਲੈ ਕੇ ਇੱਧਰ ਨੂੰ ਤੁਰੇ। ਅਦਰਵਾਈਜ਼ ਮੈਂ ਫਿਰ ਬੜੀ ਜ਼ਿੰਮੇਵਾਰੀ ਨਾਲ ਕਹਾਂਗਾ ਕਿ ਕਿਸਾਨਾਂ ਦੇ ਜਿਹੜੇ 3 ਬਿੱਲ ਆਏ ਨੇ ਪੂਰੀ ਤਰ੍ਹਾਂ ਕਿਸਾਨਾਂ ਦੇ ਹਿੱਤ ਦੇ ਵਿੱਚ ਆਏ ਨੇ, ਔਰ MSP ਤੋਂ ਬਾਅਦ ਵੀ ਕੇਂਦਰ ਨੇ ਹੁਣ 50 ਰੁਪਏ ਜਿਹੜੇ ਸ਼ੁਰੂ ਕਰਤੇ ਔਰ ਮੰਡੀਆਂ ਦੀ ਖਰੀਦ ਜਿਹੜੀ ਆ ਉਹ ਸ਼ੁਰੂ ਹੋ ਗਈ ਆ, ਕਿਸੇ ਪਾਸੋਂ ਕੋਈ ਸਮੱਸਿਆ ਨਹੀਂ ਆਏਗੀ। ਔਰ ਇੱਥੇ ਤਾਂ ਜਿਹੜੀ ਸ਼ੰਕਾਵਾਂ ਇਹ ਆ ਕਿ ਕੱਲ੍ਹ ਨੂੰ ਆਹ ਹੋ ਜਾਏਗਾ ਆਹ ਹੋ ਜਾਏਗਾ, ਇਹ ਜਿਹੜੀਆਂ ਸ਼ੰਕਾਵਾਂ ਦੇ ਉੱਤੇ ਬਿੱਲ ਜਾਂ ਸਰਕਾਰਾਂ ਨਹੀਂ ਚੱਲਦੀਆਂ ਹੁੰਦੀਆਂ। ਹਕੀਕਤ ਦੇ ਉੱਤੇ ਪ੍ਰਧਾਨ ਮੰਤਰੀ ਜੀ ਨੇ ਬੜੇ ਠੋਕ ਵਜਾ ਕੇ ਕਿਹਾ ਕਿ ਮੈਂ ਸਾਰੇ ਕਿਸਾਨਾਂ ਨੂੰ ਕਹਿੰਦਾ
कि एम एस पी सी है तो रहेगी, मंडी दे विच कोई बदलाव हले तक किया ही नहीं गया, एम एस पी अपनी जगह रहेगी, उस तो बाद भी कोई शंकावां क्योंकि बाकियों वालों भेजिया जा रही की जा रही राजनीतिक पार्टियां वालों की जा रही ना कि हकीकत दे विच कोई उस विच दोष नहीं है, सिर्फ शंकावां पैदा की जा रही। और ये जो कम्युनिस्ट जो लगे अजक ट्रेड यूनियन आए तो याद होएगा कि जदों भाखड़ा डैम बनया सी तो यही कम्युनिस्ट प्रचार करते, उस वे कांग्रेस की सरकार से बीजेपी तो उस वे नहीं सी, पर यही कम्युनिस्ट प्रचार करते कि देखो जी जटा जी बिजली आ ये तो फोकी देन डे बिचों बिजली तो क्ढी जाते जो पानी दे रहे फोका दे रहे हैं बिजली क्ढी जाते हैं। और यह प्रचार उन्होंने थोड़ा जहा नहीं काफ़ी लंबा समा किया। और अज और लोग जब किसी दसो तो हासोहानी समझता है, हकीकत दे भारतीय जनता पार्टी हमेशा कल पंजाब की जिम्मेवारी नहीं केंद्र के कोल पूरे केंद्र की है, और कल पंजाब च क्यों शोर मचण डे आ ठीक है, और पंजाब के नाल लगते हरियाणा के बच्चे, पर बाकी पूरा देश जरा सहमत है कुछ एक राजनीतिक जिथे विरोध आ राजनीतिक कारण करके आ। हकीकत तुसी किसानों के आप जाके बैठो क्लास बाय क्लास गल करोगे कि उन्हां दी डिमांड सी कि बिच जिहड़ा साडा टैक्स जिहड़े आ जां साडी खरीद घट हुंदी आ सानूं घट मुल मिलदा है, और किसान नूं खुली मंडी दे विच वेचण दे लई अधिकार होने चाहिए। अज ओह अधिकार दे दित्ते किसानां नूं, दसो की प्रॉब्लम आई, किसान यही कह रहा सी कि खेत दे विचों फसल चक लैणी तैयार हो गए जी। ये कई चीजा ने जी, देखो पहली गल तो अभी भी खेतीबाड़ी जुड़िया एडा यह मूल मुद्दा सीगा, लेकिन इसनों एक दूजे बैकट्रैक जरिए तो लैके आया गया, इसनों फूड स्टफ कह के खेतीबाड़ी जो कि मुख्य तौर पर सूबे का एक एक अधिकार खेत्र हुंदा है, उस दे विच एक एडा वड्डा कानून जो कि देश दे विच पूरी मंडी व्यवस्था बदल दिंदा है, उसनों एक यू नो अखों परोखे पिछले तरीके तो बैकडोर तो क्यों लिया गया सिस्टम ढांचे। पंजाब की गल कर रहे हो, तुम देखो पंजाब की गल कर रहे हो, जिक्र किया भी कल पंजाब च रौला क्यों पे, पंजाब च रौला इस वास्ते पैंदा है क्योंकि पंजाब ही वो सूबा है जिसने हरी क्रांति दे विच मोरी होके देश नूं उस वक्त खुराक सुरक्षा प्रोवाइड कराई सी जदों इस मुल्क च कुछ होया नहीं करता सी। अज मध्य प्रदेश का एग्जाम्पल दे सकदे हां वी उत्थे कणक साडे नालों ज्यादा रकबा हो चुका है, लेकिन मुड़दा सवाल है वी पंजाब का किसान जिहड़ा किस पूरे सिस्टम नूं समझदा है वह नहीं रौला पाएगा तां कौन रौला पाएगा। नंबर टू सवाल बीजेपी दी लोकल लीडरशिप ते खड़ा है, थोड़ी लीडरशिप ते खड़ा है कि तुसी जे सूबियां दे लीडर हो सूबियां दी सियासत करदे हो तां तुहानूं सूबियां दे हितां नूं ते उत्ते भी पहरा देना पएगा, कल्ला अपने हाई कमांड अपना लीडर वन मैन वन नेशन वन प्राइम मिनिस्टर वन जिहड़ा लीडर वाला कॉन्सैप्ट है वह फैडरल सिस्टम दे लई सही नहीं है। सूबे दे सरोकार समझने पैणे, तुसी जमीन ते अपनी पॉलिटिक्स करनी है, तुसी पंजाब च अपनी सियासत करनी है, तुहानूं तां गल पंजाब दी करनी पएगी, तुसी मध्य प्रदेश दा रेफरेंस किवें जाके दे दोगे पंजाब दे किसान नूं जिहदी अपने खर्चे अपनियां जिहड़ियां मिसगिविंग्स हैगियां ने। देखो एक चीज दा जवाब तां तुसी आप ही देता कि मध्य प्रदेश इस वेले बहुत वड्डा खेती दे विच अगां वधू सूबा आ गया, मैं इहदे च कोई शक नहीं कि पंजाब सब तो ज्यादा किसान जड़ा अनाज पैदा करता, और किसानों के मैं पहला क्या असी किसानों के हित सी है तो रहना, और किसानों के लिए किसी पासों चिंता नहीं। मेरा जो पंजाब सूबे दे विच क्यों विरोध है वह मैं सिर्फ इस करके नहीं कहा कि किसान क्यों विरोध कर रहा, मैं ये करके कह रहा कि किसान का विरोध शायद समझने तैयार है, राजनीतिक पार्टी जिन्हें मैं उस ठगा की गल की जी कहानी सुनाई सी विरोध सानू उस जगह के उत्ते है क्योंकि वह इस वेले हावी है। हुण पंजाब सरकार सूबा सरकार का यह कितों अधिकार बनता है कि वीडियो ने चिट्ठिया कढ़े कि सरपंचों को धरने दवाओ, चिट्ठी आई है सामने आई है, एक तो सरकार जो फैडरल सिस्टम के होंगे है कि फैडरल सिस्टम एक सूबे का मुख्यमंत्री जो चिट्ठिया कढ़े और चिट्ठिया जाएंगे वीडियो लेवल से और पंचायत सैकटरियां कि हर पिंड जाके धरना लाना 21 तरीक न, यह कि तरीका है फैडरल सिस्टम की गल नहीं। अज जी मेरी गल कह कि पंजाब से क्यों है, पंजाब च मैं समझाना चाह रहा सी क्योंकि बिचे तुसी सवाल कर लिया, मेरा सिर्फ यह कहना सी कि किसान समझण नूं तैयार है पर यह जिहड़े ओह लोकां नूं अपनी राजनीतिक रोटियां करके उन्हां नूं समझाउण दी जिहड़ी उत्थे तक पहुंचण ही नहीं दिंदे क्योंकि हुण जदों सरकारी सारा तंत्र ही उहदे ते लग जाएगा तो नैचुरली उहदा असर होएगा, अज असर इत्थे खड़ा है। दूसरी जिथे तक पंजाब की गल करदे आ ते असीं पंजाब दे हितां दे लई हर पंजाब दे हर सवाल का जवाब देण लई अपनी वचनबद्धता भी दिने और नाल ये भी कहने कि असी किसानों के हित च सी किसानों के हित च रहांगे और नाल ये भी कहांगे कि असी चाहुंदे आ कि किसान नेता साडे बीजेपी दे नाल बैठन, अगर असी उन्हां नूं कन्विंस कर दिए ठीक, नहीं तो वह सानू कन्विंस कर देण अगर उन्हां दी कोई गल जायज हो तो सानू लेके जां, असी पब्लिक दे नुमाइंदे आ और लैके जावांगे, पर गल ते आ
कि आज तक हल्ले तक मेरा इन्ना कुछ कहण दे बावजूद भी किसी ने भी मैनू ये नहीं किया कि इहदे च नुक्स की है। नुक्स किते नहीं है, सिर्फ नुक्स ही है राजनीति करना। सांपला जी कहता सारे रहे ने लेकिन सुन नहीं पा रहे, प्रधानमंत्री शायद सुनना चाहते नहीं, समझ नहीं पा रहे। मेरा सवाल वही खड़ा हो रहा है, तुसी कह रहे हो किसान थोनू आके समझान, भारतीय जनता पार्टी आके समझान, तुसी अपने भाईवाल नूं नहीं समझा पाए। ते 5 जून देखो सियासत की गल करते हो, 5 जून 2020 तो लैके आ सितंबर दे विच, सितंबर 2020 तक तो भाईवाल तुहाडे हां च हां मिला रहा सी, तुहाडी गल दे विच मैरिट टटोल रहा, टटोल की रहा सीगा प्रेस कॉन्फ्रेंसां विच, इस चीज की हामी भर रहे सी वे कानून बिल्कुल सही ने। हुण ओह सिरमौर किसानां दी जत्थेबंदी अपने नूं खवाउण वाली, जे ओह 3-3.5 महीनिया दे अपने स्टैंड तों बाद यू टर्न लै लैंदी है, उसनूं खदशे दिस जांदे ने, तो फिर किहड़े मुंह नाल ते किहड़े लॉजिक दे नाल तुसीं या तुहानूं कोई किसान समझावे, ते तुसीं अग्गे गांह कित्थे समझा दोगे नरेंद्र मोदी नूं? तुसीं तां स्टेट दी लीडरशिप हो, थोड़ी दिल्ली दे विच किन्नी सुनी जांदी है, नरेंद्र मोदी की सुनदे ने? सवाल तां खड़े हो रहे ने, जां सरोकार वड्डे मध्य प्रदेश उत्तर प्रदेश अडानी अंबानिया दे हैगे ने, उहनां दे कंसर्नस ज्यादा हित इंपोर्टेंट जद दिस रहे होण, उस वक्त किहड़ी जमात आके तुहानूं समझाएगी? ते जे समझा भी दे कि तुसीं इस लई ओपन हो भी पंजाब दे एमपी, दो एमपी ने सनी देओल ते सोम प्रकाश ते होर जिहड़े अपने लीडर साहिबान हैगे ने, किए जाके अपनी गल कर सकते ने नरेंद्र मोदी नाल, खुल के कह सकते ने भी जी पंजाब दे विच इहदे असर नूं स्टडी कीता जाए? देखो अगर कितने कोई ऐसी गल कहण वाली होएगी तो कहण दे विच कितने संकोच नहीं होएगा, मैं तुहानूं दावे नाल कह रहा। दूसरी गल, तुसीं क्वेश्चन इन्ने क कर दिंदे मिक्स हो जाता है। एक पहला तुसीं इह वी कहा सी कि बैकडोर तो लियांदा गया, बैकडोर तो नहीं, एक साल पहले तो नीति आयोग इहदे जिहड़ियां बकायदा मीटिंगां कीतियां सारे किसान जथेबंदियां नाल, उत्थे कल्ले पंजाब नहीं हुंदा क्योंकि जो केंद्र ने गल करनी उत्थे आल ओवर इंडिया दियां हुंदियां, ਆਲ ਓਵਰ ਇੰਡੀਆ ਦੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਵਿੱਚ ਸ਼ਾਮਿਲ ਕੀਤਾ ਗਿਆ ਸੀ, ਔਰ ਨਾਲ ਸਾਰੇ ਸੂਬਿਆਂ ਦੇ ਚੀਫ ਮਿਨਿਸਟਰਾਂ ਨੂੰ ਵੀ, ਮੰਨ ਲਓ ਪੰਜਾਬ ਦੀਆਂ ਸੂਬਾ ਸਰਕਾਰਾਂ ਨੂੰ ਵਿੱਚ ਸ਼ਾਮਿਲ ਕੀਤਾ ਗਿਆ ਸੀ, ਔਰ ਕੈਪਟਨ ਅਮਰਿੰਦਰ ਸਿੰਘ ਨੇ ਮਨਪ੍ਰੀਤ ਬਾਦਲ ਨੂੰ ਕਿਹਾ ਸੀ, ਜਿੱਥੇ ਉਹ ਦਾਅਵਾ ਠੋਕ ਕੇ ਆਇਆ ਸੀ ਕਿ ਜਿਹੜੀ ਗੱਲ ਤੁਸੀਂ ਅੱਜ ਕਹਿ ਰਹੇ ਹਾਂ ਅਸੀਂ ਤਾਂ 2017 'ਚ ਪੂਰੀ ਕਰ ਦਿੱਤੀ ਹੈ। ਭਾਵ ਇਕੱਲੇ ਅਕਾਲੀ ਦਲ ਹੀ ਨਹੀਂ, ਕਾਂਗਰਸ ਵੀ ਉਹੀ ਸੀ, ਕਾਂਗਰਸ ਵੀ ਇਹਦਾ ਚੀਜ਼ ਦਾ ਦਾਅਵਾ ਕਰ ਜਿਹੜੀ ਆ ਉਹ ਮੀਟਿੰਗਾਂ ਦੇ ਵਿੱਚ ਇਹਦਾ ਸਮਰਥਨ ਕਰਕੇ ਆਈ ਹੈ। ਔਰ ਅੱਜ ਜਿਹੜੇ ਤੁਸੀਂ ਆਪ ਹੀ ਜਵਾਬ ਦੇ ਦਿੱਤਾ ਕਿ 15 ਦਿਨ ਪਹਿਲਾਂ ਕਰਦੇ ਸੀ ਬਾਅਦ ਦੇ ਵਿੱਚ ਕਿਉਂ ਨਹੀਂ ਹੋਇਆ, ਤਾਂ ਆਪ ਸਮਝ ਲਓ ਨਾ ਕਿ ਇਹਦਾ ਕੋਈ ਰਾਜਨੀਤਿਕ ਕਾਰਨ ਆ। ਹਕੀਕਤ 'ਚ ਐਕਟ ਦੇ ਵਿੱਚ ਜਾਂ ਬਿੱਲਾਂ ਦੇ ਵਿੱਚ ਕੋਈ ਦੋਸ਼ ਨਹੀਂ ਹੈ, ਦੋਸ਼ ਰਾਜਨੀਤਿਕ ਕਾਰਨਾਂ ਕਰਕੇ ਹੈ। ਚਲੀ ਸਾਂਪਲਾ ਸਾਹਿਬ, ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕੀ ਹੁਣ ਮੰਨ ਕੇ ਚੱਲੀਏ, ਆ ਜਿਹੜੇ ਫਰਕ ਪੈ ਗਏ ਨੇ ਤੇ ਬਿਆਨ ਵੀ ਆਉਣੇ ਸ਼ੁਰੂ ਹੋ ਗਏ ਨੇ, ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਅੱਜ ਅਸੀਂ ਬਿਆਨ ਸਟੱਡੀ ਕਰ ਰਹੇ ਹਾਂ, ਤੁਹਾਡੀ ਲੀਡਰਸ਼ਿਪ ਦੇ ਵੀ ਹੁਣ ਬੋਲਣਾ ਸ਼ੁਰੂ ਕਰਤਾ, ਅਸੀਂ ਕਈ ਲੀਡਰਾਂ ਦੇ ਤੁਹਾਡੇ ਵੀ ਬਿਆਨ ਸੁਣ ਰਹੇ ਹਾਂ, ਕੀ ਲੱਗ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਆਹ ਜਿਹੜੇ ਅਲਾਇੰਸ ਹੁਣ ਟੁੱਟਿਆ ਹੈ, ਅਕਾਲੀ ਦਲ ਵੱਖ ਹੋਇਆ ਹੈ, ਇਹਦੇ ਉੱਤੇ ਕਦੇ ਕੋਈ ਮੋੜਾ ਹੋਏਗਾ? ਕਿਉਂਕਿ ਸਿਆਸੀ ਲਾਹੇ ਹੁੰਦੇ ਨੇ, ਸਿਆਸੀ ਮੁਫਾਦ ਹੁੰਦੇ ਨੇ, ਕਈ ਵਾਰ ਚੋਣਾਂ ਤੋਂ ਪਹਿਲਾਂ ਜਾ ਕੇ ਜਾਂ ਪੋਸਟ ਜਿਹੜੇ ਪੋਲ ਅਲਾਇੰਸਿਸ ਹੈ ਉਹ ਵੀ ਪਿੱਛੋਂ ਦੀ ਗਿੱਟਮਿੱਟ ਵੀ ਹੋਈ ਹੁੰਦੀ ਹੈ ਵੀ ਠੀਕ ਹੈ ਅੱਜ ਸਮਝ ਲਿਆ ਜਾਵੇ ਵੀ ਅਕਾਲੀ ਦਲ ਨੇ ਮੂੰਹ ਦਿਖਾਉਣਾ ਇੱਥੇ ਕਿਸਾਨਾਂ ਨੂੰ ਆ ਕੇ ਤਾਂ ਉਹਨਾਂ ਨੂੰ ਆਪਣਾ ਗਠਬੰਧਨ ਤੋੜ ਲਿਆ ਦਿੱਤਾ ਜਾਵੇ, ਲੇਕਿਨ ਉਹ ਜਿਹੜੀ ਪਿੱਛੇ ਅੰਦਰ ਖਾਤੇ ਦੀ ਅੰਡਰਸਟੈਂਡਿੰਗ ਹੈ, ਕੀ ਇਹੋ ਜਿਹੀ ਅੰਡਰਸਟੈਂਡਿੰਗ ਰਹੇਗੀ? ਤੁਸੀਂ ਵਾਕਈ ਆਪਣਾ ਕਾਡਰ ਅਲੱਗ ਲੈ ਕੇ ਤੁਰਨਾ ਚਾਹੋਗੇ ਭਾਰਤੀ ਜਨਤਾ ਪਾਰਟੀ? ਦੇਖੋ ਅੱਜ ਦੀ ਸਥਿਤੀ ਜਿਹੜੀ ਆ ਉਹ ਬੀਜੇਪੀ ਜਿਹੜਾ ਹੈ ਅਕਾਲੀ ਦਲ ਸਾਡੇ ਗਠਬੰਧਨ ਧਰਮ ਨੂੰ ਛੱਡ ਕੇ ਵੱਖਰਾ ਹੋ ਗਿਆ, ਬੀਜੇਪੀ ਹੁਣ ਇਕੱਲੀ ਆ ਔਰ ਆਪਣੇ ਤੌਰ 'ਤੇ ਆਪਣੀ ਰਣਨੀਤੀ ਉਹ ਨਵੇਂ ਸਿਰੇ ਤੋਂ ਬਣਾਏਗੀ, ਨੰਬਰ 1। ਨੰਬਰ 2 ਤੇ ਸਾਡੀ ਕੋਈ ਅੰਡਰਸਟੈਂਡਿੰਗ ਨਹੀਂ, ਅੰਡਰਸਟੈਂਡਿੰਗ ਦੇ ਨਾਲ ਕੋਈ ਰਾਜਨੀਤਿਕ ਚੱਲਦੀਆਂ ਨਹੀਂ ਔਰ ਰਾਜਨੀਤਿਕ ਪਾਰਟੀਆਂ ਗਠਬੰਧਨ ਤੋਂ ਧਰਮ ਤੋੜ ਕੇ ਨਹੀਂ ਹੁੰਦੀਆਂ, ਠੀਕ ਹੈ। ਔਰ ਅਸੀਂ ਹੁਣ ਇੱਕ ਤਰੀਕੇ ਨਾਲ ਕਿ ਅਸੀਂ 20% ਦੀ ਪਾਰਟੀ ਸੀ ਪੰਜਾਬ 'ਚ ਔਰ ਸਾਡਾ ਦਾਇਰਾ ਬਹੁਤ ਲਿਮਿਟਿਡ ਸੀ, ਹੁਣ ਸਾਡੇ ਕੋਲ ਗਰਾਊਂਡ ਵੱਡੀ ਹੋ ਗਈ ਆ, ਦਾਇਰਾ ਖੋਲ੍ਹਣ ਲਈ ਸਾਡੇ ਕੋਲ ਖੁੱਲ੍ਹੀ ਛੁੱਟੀ ਮਿਲ ਗਈ ਹੈ, ਕਿਉਂਕਿ ਪਹਿਲਾਂ ਅਸੀਂ ਆਪਣੀਆਂ ਬਹੁਤ ਸਾਰੀਆਂ ਜਿਹੜੀਆਂ ਸਦਰਾਂ ਸਾਡੇ ਬੀਜੇਪੀ ਦੇ ਕੈਂਡੀਡੇਟਾਂ ਦੇ ਮਨਾਂ ਦੇ ਵਿੱਚ ਸੀ ਉਹਨੂੰ ਦਬਾ ਕੇ ਬੈਠੇ ਸੀ, ਕਿਉਂ ਕਿ ਸਾਡਾ ਫਰਜ਼ ਜਿਹੜਾ ਆ ਆਪਣੀਆਂ ਜਿਹੜੀਆਂ ਇੱਛਾਵਾਂ ਨੂੰ ਨਹੀਂ ਗਠਬੰਧਨ ਨੂੰ ਨਿਭਾਉਣਾ ਔਰ ਗਠਬੰਧਨ ਦਾ ਨਿਭਾਉਣ ਦਾ ਮਤਲਬ ਸੂਬੇ ਨੂੰ ਦੇਖਣਾ। ਹੁਣ ਅਸੀਂ ਪੰਜਾਬ ਪੰਜਾਬੀਅਤ ਔਰ ਜਿਹੜੀ ਆ ਪੰਜਾਬੀ ਦੀ ਜਿਹੜੀ ਆ ਉਹਦੀ ਵਕਾਲਤ ਕਰਾਂਗੇ ਔਰ ਕਿਸਾਨਾਂ ਦੀ ਵਕਾਲਤ ਕਰਾਂਗੇ, ਦਲਿਤਾਂ ਦੀ ਵੀ ਕਰਾਂਗੇ ਔਰ ਪੂਰੇ ਪੰਜਾਬ 'ਚ, ਪੂਰੇ ਪੰਜਾਬ ਸਾਡਾ ਹੁਣ ਦਾਇਰਾ ਜਿਹੜਾ ਆ ਉਹ ਲਿਮਿਟਿਡ ਤੋਂ ਅਨਲਿਮਿਟਿਡ ਅਸੀਂ ਨਹੀਂ, ਸਾਡੇ ਸਹਿਯੋਗੀ ਨੇ ਸਾਨੂੰ ਮੌਕਾ ਦਿੱਤਾ ਹੈ ਅਤੇ ਇਸ ਕਰਕੇ ਅਸੀਂ ਇਹ ਕਹਾਂਗੇ ਕਿ ਅਸੀਂ ਆਉਣ ਵਾਲੀਆਂ ਜਿਹੜੇ ਸਮੇਂ ਸਾਨੂੰ ਇੱਕ ਨਵੀਂ ਆਸ ਦੇ ਨਾਲ ਜਿਹੜੇ ਆ ਲਾਂਗੇ ਔਰ ਸਾਡੇ ਕਾਰਿਆਕਰਤਾ ਤਾਂ ਕਈ ਜਗ੍ਹਾ 'ਤੇ ਉਹਨਾਂ ਨੂੰ ਵੀ ਨੈਚੁਰਲੀ ਹੈ
कि उन्होंने उत्साह यह होया कि हूँ साड़ी पार्टी का विस्तार होगा, ये सारे के मन च और किसी के मन के निराशता नहीं है। और असी केंद्र की पार्टी हाँ जी है, और केंद्र की पार्टी होने यदा वजूद जोड़ा व्डा आ, और ये इनू जो कहते खत्म नहीं कहना, कोई कहते पिंड च नहीं वंड देना, ये नहीं कर देना, वो नहीं कर देना। तुम देखोगे कि आने वाले समय के जो किसानों यह असं समझा देंगे कि ये बिल पूरी तरह तुहाडे हित च है, तुहाडी आर्थिकता मजबूत करने लई, तुहाडी खुशहाली दे लई है, और उहदे फायदे भी उन्होंने दिसण लग पैणगे। तो निसंदेह किसान जिहड़ा आ उह इन्हां सारिआं दी चुगल च जिद्दण उहनूं पता लग गया कि मेरी बछड़ी नूं कुत्ता कह के इन्होंने खरीदिआ आ, उस दिन उन्होंने जिद्दण समझ आ जाएगी, और उस दिन जिहड़ा किसान इन्हां सारिआं नूं छड्ड के भाजपा दे नाल जुड़ेगा, यह मैं तुहानूं अज बड़ी जिम्मेवारी नाल दावे नाल कह रिहा जी। विजय साहब जी बहुत बहुत धन्यवाद, तुम समा कटा जुटे साढ़े नाल, बेबाक होकर अपनी गलबात साढ़े नाल की। अकाली दल मरता कहना करता उसकी मजबूरी सी, उन्हें तुम्हें छड़ना ही सीगा। तुसी कह रहे भी हुण तुसी पिंडां जाओगे, की मूंह लैके बीजेपी हुण पिंडां जाएगी, किसानां नूं की लॉजिक दे? ये अज तक किसानां नूं सिर्फ यही दसी गई कि बछड़ी एक कुत्ता है, और अज असी जदों हुण किसानां दे विच जावांगे कि ये जिहड़े तीनों बिल ये पूरी तरह हितैषी ने, और मोदी सरकार ही एक ऐसी सरकार है जिहड़ी किसानां दे हित दी गल है। मैं कहांगा कि तिन्नां बिलां दे उत्ते तुसीं पढ़ लो, मैनूं कोई विद्वान होवे होर किसी नूं कोई वकील नूं पढ़ा के देख लो, मैनूं कोई एक चीज़ किसी एक कलॉज किसी एक लाइन एक शब्द दे उत्ते किस नूं की इतराज़ है, किसानां दे किहड़ी चीज़ उहदे हित च नहीं है, ऐसी कोई सानूं भी समझा दिओ तां कि असीं भी दस दईए। पर हकीकत दे विरोध नहीं, विरोध है सारे नूं पता है, सारियां पार्टियां नूं ठगां नूं भी पता है कि हकीकत च बछड़ी है, पर वो लोगों नूं गुमराह करके उन्हां दी अपनी जिहड़ी राजनीतिक करन दे लई इहदा विरोध कर रहे। ਸਾਪਲਾ ਸਾਹਿਬ ਪਾਰਟੀਆਂ ਤੇ ਜਿਹੜੇ ਆਗੂ ਨੇ ਉਹ ਲੋਕਾਂ ਦੀ ਇਹ ਚੀਜ਼ ਦਾ ਹੱਲ ਲੱਭਿਆ ਹੈ, ਤੁਹਾਡੇ ਜਿਹੜੀ ਵਜ਼ਾਰਤਾਂ ਸਨ ਕੇਂਦਰੀ ਸਰਕਾਰ ਨਹੀਂ ਸੰਤੁਸ਼ਟ ਕਰ ਪਾਈ, ਨਾ ਅਕਾਲੀ ਦਲ ਨੂੰ ਸੰਤੁਸ਼ਟ ਕਰ ਪਾਈ, ਨਾ ਲੋਕਾਂ ਨੂੰ ਸੰਤੁਸ਼ਟ ਕਰ ਪਾਈ। ਰਾਜ ਸਭਾ ਦੇ ਵਿੱਚ ਧੱਕੇ ਨਾਲ ਇਸ ਬਿੱਲ ਨੂੰ ਕਿਹਾ ਗਿਆ ਵੀ ਪਾਸ ਕਰਾਏਗਾ, ਜਿਸ ਤਰੀਕੇ ਨਾਲ ਵੋਟਿੰਗ ਨਹੀਂ ਹੋ ਦਿੱਤੀ ਗਈ, ਉਸ ਹਾਲਾਤਾਂ ਦੇ ਵਿੱਚ ਕਾਰਨ ਬਣਦਾ ਹੈ ਵੀ ਇਸ ਉੱਤੇ ਮੁੜ ਵਿਚਾਰ ਕੀਤਾ ਜਾਏ, ਤੇ ਅੱਜ ਤੱਕ ਉਹ ਵਾਲੇ ਜਿਹੜੇ ਆ ਉਹ MSP ਤੈਅ ਕਰਦੇ ਕਿਸੇ ਵੀ ਐਕਟ ਦੇ ਵਿੱਚ। ਪਹਿਲਾਂ ਵੀ ਜਿਹੜਾ APMC ਦਾ ਐਕਟ ਸੀਗਾ ਉਹਦੇ ਵਿੱਚ ਵੀ ਕਿਤੇ ਨਹੀਂ ਜ਼ਿਕਰ ਹੈਗਾ, ਪੰਜਾਬ ਦੇ ਕਿਤੇ ਵੀ ਉਹਨਾਂ ਨੇ ਐਕਟ ਜਿਹੜਾ 2017 'ਚ ਵੀ ਇਹੀ ਕੀਤਾ, ਜਿਹੜੀ ਛਾਤੀ ਠੋਕ ਕੇ ਕਾਂਗਰਸ ਵਾਲੇ ਉੱਥੇ ਕਹਿ ਕੇ ਆਏ ਸੀ ਕਿ ਤੁਸੀਂ ਤਾਂ ਅੱਜ ਲਾਗੂ ਕਰਨ ਲੱਗੇ, ਅਸੀਂ ਤਾਂ ਪਹਿਲਾਂ ਹੀ ਕੀਤਾ 2017 'ਚ ਕੀਤਾ ਆ, ਅੱਜ ਉਹਨਾਂ ਨੂੰ ਕੀ ਸੱਪ ਸੁੰਘ ਗਿਆ? ਅਤੇ ਦੂਸਰੀ ਗੱਲ, ਤੀਸਰਾ ਜਿਹੜਾ ਸੀ ਤੁਹਾਡਾ ਅਕਾਲੀ ਦਲ ਕਹਿੰਦਾ ਕਿ ਸਾਨੂੰ ਪੁੱਛਿਆ ਨਹੀਂ, ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਪੁੱਛੀਆਂ ਗਈਆਂ। ਉਹ ਕਹਿ ਰਿਹਾ ਕਿ ਸਾਨੂੰ ਚਿੱਠੀਆਂ ਲਿਖੀਆਂ, ਜੇਗਾ ਉਹ ਦਿਖਾਓ ਨਾ ਜਿਹੜਾ ਉਹਨਾਂ ਦੇ ਜਵਾਬ ਆਏ ਉਹਦੇ 'ਚ ਕੀ ਇਤਰਾਜ਼ ਸੀ, ਤੁਹਾਡੀ ਚਿੱਠੀ 'ਚ ਕੀ ਲਿਖਿਆ ਸੀ। ਹਰ ਚੀਜ਼ ਨਾਲ ਉਹਨਾਂ ਨਾਲ ਬਾਰੀਕੀ ਨਾਲ ਡਿਸਕਸ ਕੀਤਾ, ਔਰ ਮੰਤਰੀ ਆ, ਮੰਤਰੀ ਤਾਂ ਹਰ ਛੋਟੀ ਤੋਂ ਛੋਟੀ ਮੀਟਿੰਗ ਦੇ ਵਿੱਚ ਵੀ ਵਿੱਚ ਉਹਦੇ ਸ਼ਾਮਿਲ ਹੁੰਦਾ, ਕੈਬਨਿਟ ਮਿਨਿਸਟਰ ਹੈ, ਕੋਈ ਸਟੇਟ ਮਿਨਿਸਟਰ ਨਹੀਂ ਸੀ, ਔਰ ਇਸ ਕਰਕੇ ਹਰ ਚੀਜ਼ਾਂ ਦੇ ਵਿੱਚ ਉਹ ਸ਼ਾਮਿਲ ਸੀ, ਔਰ ਉਹਨੂੰ ਪੂਰੀ ਜਾਣਕਾਰੀ। ਔਰ 15 ਦਿਨ ਪਹਿਲਾਂ ਵੱਡੇ ਪ੍ਰਕਾਸ਼ ਸਿੰਘ ਬਾਦਲ ਜੀ, ਸਰਦਾਰ ਪ੍ਰਕਾਸ਼ ਸਿੰਘ ਸਾਡੇ ਸਾਰਿਆਂ ਦੇ ਸਿਰਮੌਰ ਨੇ, ਅਸੀਂ ਕਿਸਾਨਾਂ ਦਾ ਸਭ ਤੋਂ ਵੱਡਾ ਲੀਡਰ ਮੰਨਦੇ ਹਾਂ, ਉਹਨਾਂ ਨੇ ਆਪਣੀ ਸਟੇਟਮੈਂਟ ਕੀਤੀ ਹੈ ਕਿ ਤਿੰਨੇ ਜਿਹੜੇ ਐਕਟ ਹੈ ਇਹ ਜਿਹੜੇ ਕਿਸਾਨਾਂ ਦੇ ਹਿੱਤ 'ਚ ਨੇ। ਅੱਜ ਉਹਨਾਂ ਨੂੰ ਕੀ ਹੋ ਗਿਆ? ਕਿਉਂ ਕਿ ਉਹ ਅੱਜ ਉਹਨਾਂ ਦੇ ਟਰੈਪ 'ਚ ਆ ਗਏ। ਮੈਂ ਤਾਂ ਇਹ ਕਹਾਂਗਾ ਕਿ ਅੱਜ ਉਹ ਗੁੰਮਰਾਹਕੁੰਨ ਪ੍ਰਚਾਰ ਦੇ ਟਰੈਪ 'ਚ ਆ ਕੇ ਆਪ ਵੀ ਫਸ ਗਏ। ਹਕੀਕਤ ਦੇ ਵਿੱਚ ਉਹਨਾਂ ਦਾ ਫਰਜ਼ ਬਣਦਾ ਸੀ ਕਿਸਾਨਾਂ ਨੂੰ ਸਹੀ ਜਾਣਕਾਰੀ ਦਿੰਦੇ, ਔਰ ਆਪ ਕੀ ਕਰਤੱਵ ਨਿਭਾਇਆ ਉਹ ਦੱਸਦੇ।